ਸਾਡੇ ਕੋਲ ਜੀ ਹੁਣੇ ਸਵੇਰੇ ਸਾਨੂੰ ਰਿਪੋਰਟ ਮਿਲੀ ਹੈ 8 ਪੋਜ਼ਿਟਿਵ ਕੇਸਾਂ ਦੀ, ਜਿਹਨਾਂ ਚੋਂ 6 ਡਿਸਟ੍ਰਿਕਟ ਜਲੰਧਰ ਨਾਲ ਸੰਬੰਧਿਤ ਹੈ ਅਤੇ 2 ਬਾਹਰਲੇ ਹੈ। ਅਤੇ ਜੇ ਗੱਲ ਕਰੀਏ ਹੁਣ ਤੱਕ ਸਾਨੂੰ 348 ਕੇਸ ਜਿਹੜੇ ਉਹ ਪੋਜ਼ਿਟਿਵ ਮਿਲ ਚੁੱਕੇ ਹੈ। ਇਹਦੇ 'ਚ ਇੱਕ 11 ਸਾਲ ਦਾ ਬੱਚਾ ਹੈ ਔਰ 2 'ਚ ਫੀਮੇਲ ਹੈ, ਬਾਕੀ ਮੇਲ ਹੈ। ਇਹਨਾਂ 'ਚੋਂ 4 ਕੋਂਟੈਕਟ ਹੈ ਔਰ 4 ਜਿਹੜੇ ਹੈ ਉਹ ਕੋਂਟੈਕਟ ਨਹੀਂ ਹੈ। ਸਾਨੂੰ ਪੋਜ਼ਿਟਿਵ ਰਿਪੋਰਟ ਮਿਲੀ ਹੈ, ਜਿਹਦਾ ਪਤਾ ਲੱਗਾ ਵੀ ਉਹ 11 ਤਰੀਕ ਨੂੰ ਉਹਦੀ ਡੈਥ ਹੋ ਚੁੱਕੀ ਹੈ ਲੇਡੀ। ਸਾਡੀ ਫੋਲੋ ਕਰਨ ਵਾਲੀ ਟੀਮ ਅਲੱਗ ਹੈ, ਮੈਂ ਨਹੀਂ ਕਰਦਾ ਫੋਲੋ, ਔਰ ਜਿਹੜੇ ਟੀਮ ਉਹਨਾਂ ਨੂੰ ਫੋਲੋ ਕਰਦੀ ਉਹਨਾਂ ਨੂੰ ਇਸ ਬਾਰੇ ਪਤਾ ਹੋਏਗਾ। ਜਦੋਂ ਫੋਲੋ ਕਰਨ ਵਾਲੇ ਦੇਖਣਗੇ ਲੋੜ ਹੋਈ ਤਾਂ ਕੁਆਰੰਟਾਈਨ ਕੀਤੇ ਜਾਣਗੇ।